ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਟ੍ਰੈਫਿਕ ਪੁਲਿਸ ਪਾਤਰਾ ਤੇ ਸਾਂਝ ਗਲੋਬਲ ਫਾਊਂਡੇਸ਼ਨ ਦੇ ਵੱਲੋਂ ਸਲਮ ਬਸਤੀਆਂ ਵਿੱਚ ਰਹਿੰਦੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਸੰਬੰਧੀ ਮਾਸਕ ਵੰਡੇ। ਪੰਜਾਬ ਦੇ ਅੰਦਰ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਤਹਿਤ ਟ੍ਰੈਫਿਕ ਪੁਲਿਸ ਪਾਤਰਾ ਅਤੇ ਸਾਂਝ ਗਲੋਬਲ ਫਾਊਂਡੇਸ਼ਨ ਦੇ ਵੱਲੋਂ ਕੋਰੋਨਾ ਸੰਬੰਧੀ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਇਸ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਮੰਤਵ ਦੇ ਨਾਲ ਟ੍ਰੈਫਿਕ ਪੁਲਿਸ ਇੰਚਾਰਜ ਪਾਤਰਾ ਹਰਦੇਵ ਸਿੰਘ ਦੇ ਵੱਲੋਂ ਲੋਕਾਂ ਨੂੰ ਮਾਸਕ ਵੰਡੇ ਗਏ ਤਾਂ ਜੋ ਕੋਰੋਨਾ ਮਹਾਮਾਰੀ ਤੋਂ ਬਚਾਅ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸਾਂਝ ਗਲੋਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਚੁੰਗੀ ਚੌਂਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਮਾਸਕ ਵੰਡਣ ਉਪਰੰਤ ਉਹਨਾਂ ਨੂੰ ਕਿਹਾ ਹੈ ਕਿ ਕੋਰੋਨਾ ਦੀ ਬਿਮਾਰੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਜਿਸ ਤੋਂ ਬਚਣ ਲਈ ਮਾਸਕ ਹੀ ਸਾਡੀ ਸੁਰੱਖਿਆ ਹੈ ਜਿਸ ਨਾਲ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਸਾਂਝ ਗਲੋਬਲ ਫਾਊਂਡੇਸ਼ਨ ਦੇ ਆਗੂ ਗੁਰਪਿਆਰ ਸਿੰਘ ਦਿਓਗਾ ਨੇ ਕਿਹਾ ਹੈ ਕਿ ਸੰਸਥਾ ਦੇ ਵੱਲੋਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਸੰਬੰਧੀ ਪ੍ਰਸ਼ਾਸਨ ਦਾ ਸ਼ੁਰੂ ਤੋਂ ਹੀ ਸਹਿਯੋਗ ਦਿੱਤਾ ਜਾ ਰਿਹਾ ਹੈ। ਸਮੇਂ ਸਮੇਂ ਤੇ ਪੁਲਿਸ ਨਾਕਿਆਂ ਤੇ ਵੱਖ ਵੱਖ ਥਾਵਾਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਾਸਕ ਅਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਬਿਮਾਰੀ ਨੂੰ ਫੈਲਣ ਤੇ ਰੋਕਿਆ ਜਾ ਸਕੇ। ਨਾਲ ਹੀ ਸੰਸਥਾ ਦੇ ਸਮੂਹ ਮੈਂਬਰਾਂ ਦੇ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਪਾਤਰਾ ਤੋਂ ਸਤਪਾਲ ਗਰਗ ਦੀ ਰਿਪੋਰਟ। ਮਾਣਯੋਗ ਐਸ ਐਸ ਪੀ ਸਾਹਿਬ, ਐਸ ਪੀ ਟਰੈਕ ਚੀਮਾ ਸਾਹਿਬ, ਐਸ ਪੀ ਡੀ ਐਸ ਪੀ ਟਰੈਕ ਅਤੇ ਸਾਡੇ ਸਰਕਲ ਦੇ ਡੀ ਐਸ ਪੀ ਸਰਦਾਰ ਭਰਪੂਰ ਸਿੰਘ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਬਹੁਤ ਹੀ ਖਤਰਨਾਕ ਬਿਮਾਰੀ ਨੂੰ ਵੇਖਦੇ ਹੋਏ ਕੋਵਿਡ-19 ਕੀਮਤੀ ਜਾਨਾਂ ਬਹੁਤ ਗਵਾ ਚੁੱਕੇ ਹਾਂ ਅਸੀਂ ਅਸੀਂ ਇਹਨਾਂ ਕੀਮਤੀ ਜਾਨਾਂ ਨੂੰ ਬਚਾਉਣ ਦੀ ਖਾਤਰ ਅੱਜ ਅਸੀਂ ਮਾਸਕ ਵੰਡ ਰਹੇ ਹਾਂ ਅਤੇ ਅਸੀਂ ਅਪੀਲ ਵੀ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਮਾਸਕ ਲਾ ਕੇ ਰੱਖੋ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਅੱਜ ਅਸੀਂ ਸਾਰੇ ਫਾਊਂਡੇਸ਼ਨ ਦੇ ਨਾਲ ਰਲ ਕੇ, ਮੇਰੇ ਵੀਰ ਮੇਰੇ ਨਾਲ ਨੇ ਫਾਊਂਡੇਸ਼ਨ ਸੰਸਥਾ ਵਾਲੇ, ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਇੱਥੇ ਆਏ ਸੀ। ਅੱਜ ਇਹਨਾਂ ਨੂੰ ਅਸੀਂ ਘਰਾਂ ਦੇ ਵਿੱਚ ਮਾਸਕ ਵੰਡ ਰਹੇ। ਫਾਊਂਡੇਸ਼ਨ ਸੰਸਥਾ ਦੇ ਮਦਦ ਦੇ ਨਾਲ ਜੋ ਕਿ ਮੇਰੇ ਨਾਲ ਪੂਰੀ ਹੈਲਪ ਕਰ ਰਹੇ ਨੇ, ਅਸੀਂ ਸਾਰੇ ਜਣੇ ਅੱਜ ਝੋਪੜੀਆਂ ਝੁੱਗੀ ਝੋਪੜੀਆਂ ਵਾਲਿਆਂ ਦੇ ਵਿੱਚ ਜਿਹੜੇ ਗਰੀਬ ਪਰਿਵਾਰ ਰਹਿ ਰਹੇ ਨੇ, ਅਸੀਂ ਅੱਜ ਇਹਨਾਂ ਨੂੰ ਮਾਸਕ ਵੰਡ ਰਹੇ ਹਾਂ ਤਾਂ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕੇ, ਮਾਸਕ ਲਾ ਕੇ ਰੱਖਣ ਅਤੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਣ। ਇਹ ਜੀ, ਅੱਜ ਅਸੀਂ ਪਾਤਰਾਂ ਦੇ ਸਲਾਮੀ ਏਰੀਏ ਦੇ ਵਿੱਚ ਟ੍ਰੈਫਿਕ ਇੰਚਾਰਜ ਹਰਦੇਵ ਸਿੰਘ ਜੀ ਦੇ ਨਾਲ ਮਿਲ ਕੇ ਅਸੀਂ ਪਾਤਰਾਂ ਦੇ ਜਿਹੜੇ ਸਲਾਮੀ ਏਰੀਏ ਨੇ ਉਹਨਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਮਾਸਕ ਵੰਡ ਕੇ, ਵੀ ਕੋਰੋਨਾ ਤੋਂ ਬਚਣ ਦੇ ਲਈ ਸਾਨੂੰ ਇਹਦੇ ਜਿਹੜਾ ਹੈਗੇ ਡਰਨ ਦੀ ਲੋੜ ਨਹੀਂ, ਸਗੋਂ ਇਹਦਾ ਜਿਹੜਾ ਹੈਗਾ ਮਿਲ ਕੇ ਡਟ ਕੇ ਇਹਦਾ ਮੁਕਾਬਲਾ ਕਰਨਾ ਚਾਹੀਦਾ ਹੈਗਾ ਤਾਂ ਜੋ ਅਸੀਂ ਇਸ ਬਿਮਾਰੀ ਤੋਂ ਨਿਜਾਤ ਪਾ ਸਕੀਏ। ਕਿੰਨੇ ਮਾਸਕ ਵੰਡ ਰਹੇ ਹੋ? ਅਸੀਂ ਅੱਜ 200 ਦੇ ਕਰੀਬ ਜਿਹੜੇ ਹੈਗੇ ਨੇ ਇੱਥੇ ਮਾਸਕ ਵੰਡਾਂਗੇ। ਵੈਸੇ ਵੀ ਅਸੀਂ ਇੰਚਾਰਜ ਸਾਹਿਬ ਨਾਲ ਵੱਖ ਵੱਖ ਜਿਹੜੇ ਹੈਗੇ ਚੌਂਕਾਂ ਦੇ ਉੱਤੇ ਜਿਹੜੇ ਲੋਕ ਬਿਨਾਂ ਮਾਸਕ ਤੋਂ ਵਹੀਕਲਾਂ ਦੇ ਉੱਤੇ ਘੁੰਮਦੇ ਨੇਗੇ ਉਹਨਾਂ ਨੂੰ ਮਾਸਕ ਦਿੰਦੇ ਰਹਿੰਦੇ ਹੈਗੇ। ਕੀ ਕਹਿਣਾ ਚਾਹੁੰਦੇ ਲੋਕਾਂ ਨੂੰ? ਲੋਕਾਂ ਨੂੰ ਇਹੀ ਉਪਰਾਲਾ ਕਰਦੇ ਜੀ ਵੀ ਦੇਖੋ, ਡਰਨ ਦੀ ਲੋੜ ਨਹੀਂ ਗੀ ਇਸ ਬਿਮਾਰੀ ਤੋਂ, ਇਸ ਬਿਮਾਰੀ ਦੇ ਨਾਲ ਮਿਲ ਕੇ ਲੜਨ ਦੀ ਜ਼ਰੂਰਤ ਹੈ। ਜਿੱਦਾਂ ਪੁਲਿਸ ਪ੍ਰਸ਼ਾਸਨ ਉਪਰਾਲੇ ਕਰ ਰਿਹਾ ਹੈਗਾ, ਮਿਲ ਕੇ ਲੋਕਾਂ ਨੂੰ ਅਵੇਅਰ ਵੀ ਕਰ ਰਿਹਾ ਅਤੇ ਫਰੀ ਦੇ ਵਿੱਚ ਜਿੱਦਾਂ ਚਾਰ ਸਾਹਿਬ ਨਾਲ ਅਸੀਂ ਮਿਲ ਕੇ ਚੌਂਕਾਂ ਦੇ ਉੱਤੇ ਮਾਸਕ ਵੰਡਦੇ ਹਾਂ, ਆਮ ਜਨਤਾ ਨੂੰ ਵੀ ਇਸ ਦੇ ਲਈ ਜਿਹੜਾ ਹੈਗਾ ਸਹਿਯੋਗ ਦੇਣਾ ਚਾਹੀਦਾ, ਪ੍ਰਸ਼ਾਸਨ ਦਾ, ਗੌਰਮੈਂਟ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਦਾ ਪਾਲਣ ਕਰਨਾ ਚਾਹੀਦਾ। ਸੱਚ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।